ਹੈਲੋ ਜੀ ਅੱਜ ਆਪਾਂ ਕੂੜੀਆਂ ਬਣਾਉਣ ਲੱਗੇ ਆ ਜਿਹੜਾ ਆਪਾਂ ਪਾਣੀ ਕੱਲ ਬਣਾਇਆ ਸੀ ਨਾ ਨਾਨਾ ਉਹਦੇ ਪਨੀਰ ਦਾ ਉਹਦੇ ਨਾਲ ਬਣਾਉਣ ਲੱਗੇ ਆ ਤੇ ਇੱਕ ਕੌਲੀ ਮੈਂ ਆٹے ਦੀ ਲੈ ਲਈ ਆ ਅੱਧਾ ਚਮਚ ਬਜਵੈਣ ਪਾ ਲਈ ਆ ਅੱਧਾ ਚਮਚ ਮੇਥੀ ਦਾ ਪਾ ਲਿਆ ਆ ਤੇ ਅੱਧਾ ਚਮਚ ਮੈਂ ਚਿਲੀ ਫਲੈਕਸ ਪਾ ਲਿਆ ਵਿੱਚ ਤੇ ਅੱਧਾ ਕ ਚਮਚੀ ਮੈਂ ਨਮਕ ਦਾ ਪਾ ਲਿਆ ਆ ਤੇ ਹੁਣ ਆਪਾਂ ਇਹਦੇ ਚ ਲਾਸਟ ਤੇ ਮੜਾ ਜਿਹਾ ਕੀ ਲਾ ਕੇ ਉੱਪਰ ਰੱਖ ਦਵਾਂਗੇ ਤਾਂ ਜੋ ਤੇ ਛਿੱਕੜੀ ਨਾ ਆਵੇ ਤੇ ਇਹਨੂੰ ਰੱਖ ਦਿੰਨੇ ਆ ਘੰਟੇ ਲਈ ਹੈਨਾ ਤੇ ਫੇਰ ਉਧਰ ਆਪਾਂ ਆਪਣਾ ਤੇਲ ਗਰਮ ਕਰ ਲਿਆ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਜਿੱਦਾਂ ਛੋਟੀਆਂ ਛੋਟੀਆਂ ਪੂੜੀਆਂ ਬੇਲ ਕੇ ਬਣਾ ਲੈਣੇ ਆ ਬਹੁਤ ਵਧੀਆ ਬਣ ਕੇ ਇਹ ਤਿਆਰ ਹੋਈਆਂ ਆ ਪਾਣੀ ਨੂੰ ਕਦੀ ਵੀ ਵੇਸਟ ਨਾ ਕਰੋ ਇਹਦੇ ਤੁਸੀਂ ਇਹਨੂੰ ਮੈਂ ਤਾਂ ਆਟੇ ਦੀਆਂ ਪੂੜੀਆਂ ਬਣਾਈਆਂ ਤੁਸੀਂ ਇਹਨਾਂ ਭਟੂਰੇ ਵੀ ਬਣਾ ਸਕਦੇ ਆ ਇਹਦੇ ਮੈਦੇ ਦੇ ਵਿੱਚ ਤੇ ਨਾਨ ਵੀ ਬਣਾ ਸਕਦੇ ਆ ਇਸੇ ਪਾਣੀ ਦੇ ਨਾਲ ਆਟਾ ਗੁੰਨ ਕੇ ਬਣਾ ਸਕਦੇ ਆ ਤੇ ਜਰੂਰ ਬਣਾ ਕੇ ਦੇਖਿਓ ਇਸ ਤਰੀਕੇ ਦੇ ਨਾਲ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਨਾ ਤੇ ਚੰਗੀ ਤਰ੍ਹਾਂ ਨਾਲ ਇਹਨੂੰ ਧਾਲ ਕੇ ਆਪਾਂ ਤੇ ਜਿੰਦਾ ਮਰਜੀ ਸਣਿਆਂ ਦੇ ਨਾਲ ਆਲੂਆਂ ਦੀ ਸਬਜ਼ੀ ਦੇ ਨਾਲ ਜਿਸ ਤਰ੍ਹਾਂ ਵੀ ਕਿਤੇ ਜਾਣਾ ਹੁੰਦਾ ਬਣਾ ਕੇ ਆਪਾਂ ਲੈ ਕੇ ਜਾ ਸਕਦੇ ਆ ਨਾਲ ਹਨਾ ਤੇ ਚਣਿਆਂ ਨੂੰ ਵੀ ਆਪਾਂ ਨਾਲੇ ਬਣਾ ਲਿਆ ਆ ਤੇ ਹੁਣ ਜਰੂਰ ਬਣਾ ਕੇ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਨਾ ਥੈਂਕ ਯੂ ਵੈਰੀ ਮੱਚ ਤੁਹਾਡਾ ਸਾਰਿਆਂ ਦਾ